ਹੈਲੋ ਐਂਡ ਵੈਲਕਮ ਗਾਈਸ, ਕੀ ਹਾਲ ਚਾਲ ਆ? ਬਾਬੂ ਠੀਕ ਠਾਕ ਹੋ? ਸਿਹਤ ਠਾਕ? ਟਾਈਮ ਵੈਲਕਮ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਪ੍ਰੀਤ ਐਂਡ ਮੀਤ ਮੀਤ ਵਲੌਗਸ ਵਲੌਗਸ ਤੇ ਬਾਬੇ ਮੀਤ ਲੱਗਿਆ। ਐਂਡ ਪ੍ਰੀਤ ਵਲੌਗਸ ਤੇ ਹਾਂ ਚਲੋ ਅੱਗੇ ਪਿੱਛੇ ਹੋ ਜਾਂਦਾ ਤੇ ਬਾਕੀ ਲੱਗਿਆ ਬਾਬੇ ਵਲੌਗ ਸਟਾਰਟਿੰਗ ਕਰਨ ਤੇ ਵਲੌਗ ਅਸੀਂ ਕੀਤਾ ਅੱਜ ਚੈਲੰਜ ਚੈਲੰਜ ਵਲੌਗ ਆ ਬਾਬੇ, ਚੈਲੰਜ ਵਲੌਗ ਇਹ ਰਹੂਗਾ ਮਾੜਾ। ਦੱਸੋ ਮਾੜਾ ਜਿਹਾ ਮੈਂ ਏਸੀ ਸੈੱਟ ਕਰਾਂ, ਤੁਸੀਂ ਯਾਰ ਦੱਸੋ ਕੀ ਆ? ਇਹ ਗਲਾਸ ਨੇ, ਇਹ ਗਲਾਸ ਨੂੰ ਨਾ ਅਸੀਂ ਕੀ ਬਣਾਈ ਦੀ ਆ ਉਹ ਸੀਰੀਜ਼ ਵਾਈਜ਼ ਉੱਪਰ ਉੱਪਰ ਕਰਕੇ ਬਿਲਡਿੰਗ ਟਾਈਪ ਬਣਾਉਣਾ ਹੈ। ਇੱਦਾਂ ਬਾਬੇ ਉਹ ਜਿਵੇਂ ਗਲਾਸ ਟਾਈਮਿੰਗ ਦਾ ਨਾ ਟਾਈਮਿੰਗ ਟਾਈਮਿੰਗ ਹੋਊਗੀ ਆਪਾਂ ਸਾਡੀ ਟਾਈਮਿੰਗ ਲਾਵਾਂਗੇ, ਟਾਈਮਰ ਲਾ ਕੇ ਫੋਨ ਤੇ ਤੇ ਫਿਰ ਉਸ ਤੋਂ ਕਿੰਨੇ ਬਾਅਦ। ਮਿੰਟ 'ਚ ਕਿੰਨੇ ਪੂਰੀ ਕੀਤੀ? ਹਾਂ ਮੈਂ ਟਾਈਮਰ ਮਾੜਾ ਜਿਹਾ ਲਾ ਲਾ, ਇੱਕ ਮਿੰਟ। ਤੇ ਪਹਿਲੀ ਟਰਨ ਤੇਰੀ ਠੀਕ ਆ ਬਾਬੇ, ਪਹਿਲੀ ਟਰਨ ਮੀਤ ਦੀ ਆ, ਉਸ ਤੋਂ ਬਾਅਦ ਅੱਗੇ ਫਿਰ ਮੇਰੀ ਆ ਤੇ ਸਟਾਰਟ ਲੱਗਿਆ ਚੈਲੰਜ ਕਰਨ। ਤੇ ਸਟਾਰਟ ਕਰੀਏ ਤੇ ਬਾਬੇ ਟਾਈਮਿੰਗ ਸਟਾਰਟ ਆ। ਮੈਨੂੰ ਲੱਗਦਾ ਏਸੀ ਦੀ ਹਵਾ ਆਪਾਂ ਨੂੰ ਥੋੜ੍ਹੀ ਜਿਹੀ ਉੱਪਰ ਕਰਨੀ ਚਾਹੀਦੀ ਹੈ ਨਾ, ਕਿਉਂਕਿ ਸ਼ਾਇਦ ਹਵਾ ਨਾਲ ਗਿਰ ਨਾ ਜਾਵੇ। ਨਹੀਂ ਟਾਈਮ ਉੱਪਰ ਹੀ ਆ, ਤੁਸੀਂ ਨੀਚੇ ਕੀਤੀ ਸੀ? ਹਾਂ ਮਾੜੀ ਪਾ ਤਾਂ ਨਹੀਂ ਰਹੀ ਵੈਸੇ, ਥੋੜ੍ਹੀ ਜਿਹੀ ਉੱਪਰ ਕਰ ਦਈਏ ਬਸ। ਚਲੋ ਠੀਕ ਆ, ਪਹਿਲੀ ਟਰਨ ਤੁਹਾਡੀ ਆ, ਕਰਾਂ ਸਟਾਰਟ ਪ੍ਰੋਪਰ ਬਣਾਉਣਾ। ਟਾਈਮਿੰਗ ਦੇਖਣੇ ਬਾਬੇ ਕਿੰਨੇ ਟਾਈਮਿੰਗ 'ਚ ਬਣਾਉਂਦੀ ਹੈ ਇਹ। ਰੈਡੀ? ਹੁਣ ਸੈੱਟ ਕਰ ਲਓ, ਬਾਅਦ 'ਚ ਚੀਟਿੰਗ ਨਹੀਂ ਕਰਨੀ ਫਿਰ। ਰੈਡੀ 1 2 3 ਸਟਾਰਟ। ਨਹੀਂ ਬਣਦਾ, ਗਿਰੂਗਾ ਰੇਖੀ ਗਿਰੂਗਾ। ਸਾਰੇ ਕੱਪੜੇ ਦਸਟ ਹੋਣੇ ਚਾਹੀਦੇ ਆ ਬਾਬਾ, ਜਿਹਦੀ ਟਾਈਮਿੰਗ ਮਤਲਬ ਘੱਟ ਹੋਊਗੀ ਉਹ ਜਿੱਤ, ਉਹ ਵਿਨਰ ਹੋਊਗਾ। ਠੀਕ ਆ, ਸਿਰਫ ਇੱਕ ਵਾਰ ਦਾ ਹੀ ਮੌਕਾ ਹੈ, ਦੁਬਾਰੇ ਦੁਬਾਰੇ ਨਹੀਂ। ਇਹ ਨਹੀਂ ਹੈਗਾ ਵੀ ਇੱਕ ਵਾਰ ਗਿਰ ਗਿਆ ਤਾਂ ਬੰਦੇ ਨੂੰ ਦੁਬਾਰੇ ਮੌਕਾ ਮਿਲੂਗਾ, ਨਹੀਂ ਕਿ ਮਿਲੂਗਾ ਨਹੀਂ ਮਿਲੂਗਾ। ਚਲੋ ਠੀਕ ਹੈ, ਇੱਕ ਮੌਕਾ ਦਿੱਤਾ, ਠੀਕ ਆ ਇੱਕ ਮੌਕਾ ਲਾਸਟ। ਜੇ ਗਿਰ ਗਿਆ ਮਤਲਬ ਤਾਂ ਉਹ ਤੋਂ ਬਾਅਦ ਮਤਲਬ ਦੁਬਾਰੇ ਉਹਨੂੰ ਬਿਲਡ ਕਰਨ ਲਈ ਇੱਕ ਮੌਕਾ। ਇਹ ਗਿਰ ਜਾਣਾ ਦੇਖੀ ਹੁਣ ਗਿਰੂਗਾ। ਮੈਂ ਇਹ ਚੀਟਿੰਗ ਹੈ? ਨਹੀਂ ਨਹੀਂ ਚੱਲ ਸੀ ਚੱਲ, ਮੈਂ ਹੁਣ ਕੁਛ ਨਹੀਂ ਕਰ ਰਿਹਾ, ਹੁਣ ਰੋਣਾ ਨਹੀਂ ਹੈਗਾ ਬਾਅਦ 'ਚ ਫਿਰ। ਇਹ ਗਿਰਿਆ, 1 ਮਿੰਟ ਹੋ ਗਿਆ ਬਾਬੇ ਪੂਰਾ, ਟਾਈਮਰ ਮੈਂ ਦਿਖਾਇਆ ਜੀ। ਓ 1 ਮਿੰਟ 6 8 ਸੈਕਿੰਡ 9 ਸੈਕਿੰਡ 11 12 13 14 15 ਬਣ ਗਿਆ ਮੇਰਾ ਤਾਂ। ਨਹੀਂ ਬਣਿਆ, ਏਦਾਂ ਨਹੀਂ ਨਾ ਬਣਾਉਣਾ, ਐਵੇਂ ਬਣਾਉਣਾ ਸੀ, ਏਦਾਂ ਨਹੀਂ ਬਣਾਉਣਾ। ਲਾਸਟ ਕੱਪ ਇੱਕ ਵਾਲਾ ਦੀ ਲਓ। ਇਹ ਤਾਂ ਗਲਤ ਬਣਾਇਆ ਸੀ, ਐਵੇਂ ਨਹੀਂ ਸੀ ਬਣਾਉਣਾ, ਇਹ ਤਾਂ ਰੌਂਡ ਬੈਠੇ ਕੱਪਾਂ ਦਾ ਬਣਾਉਣਾ ਸੀ। ਕਿਉਂ ਬਣਾਉਣਾ ਸੀ ਬਾਈ, ਸਿੱਧਿਆਂ ਦਾ ਬਣਾਉਣਾ, ਰੌਂਡ ਬੈਠੇ ਬਾਈ ਆਪਣੀ ਵਾਰੀ। ਰੋਕਦਾ ਟਾਈਮਰ, ਬੋਲ ਦੁਬਾਰੇ, ਲਾਸਟ ਚਾਂਸ ਆ ਇੱਕ, ਠੀਕ ਆ ਠੀਕ ਹੈ। ਲਓ ਬੇ ਸਟਾਪ ਲੱਗਿਆਂ ਕਰਨ, ਸਟਾਪ, ਇਹਨੂੰ ਰੀਸੈਟ ਕਰਤਾ ਆਪਾਂ ਨੇ, ਖੜ ਜਾ, ਮੈਨੂੰ ਦੱਸ ਰਹੀ ਉਹ ਸਟਾਰਟ ਕਰਨ, ਲਾਸਟ ਚਾਂਸ ਆ। ਠੀਕ ਹੈ, ਰੈਡੀ 1 2 3 ਸਟਾਰਟ। ਇੱਕੀ ਸੈਕਿੰਡ ਹੋ ਗਏ ਬਾਬੇ,
ਅੱਧਾ ਮਿੰਟ ਤਾਂ ਤੇਰਾ ਗਿਆ। ਵੈਸੇ ਤਾਂ ਤੂੰ ਹਾਰ ਚੁੱਕੀ ਆ, ਇਹ ਤਾਂ ਤੁਹਾਨੂੰ ਇੱਕ ਚਲੋ ਉਦਾਂ ਚਾਂਸ ਦੇ ਤਾ। ਹਾਰ ਹੀ ਨਹੀਂ ਹੈਗੀ ਮੈਂ, ਹਾਰ ਗਈ ਬਾਬੇ ਇਹ ਉਦਾਂ ਹੀ ਜਾਣ ਕੇ। ਕੀ ਹੈ ਮੇਰੀ ਗੱਲ ਤੇ ਥੋੜੀ ਹੈ। ਲਓ ਜੀ 1 ਮਿੰਟ ਬਾਬੇ, 6 ਸੈਕਿੰਡ, 1 ਮਿੰਟ ਛੇ ਛੇ ਸੈਕਿੰਡ ਰੋਕ ਦੋ ਰੋਕ ਦੋ। ਓਕੇ ਸਟੋਪ, ਚਲੋ ਠੀਕ ਹੈ, ਬਣ ਗਿਆ ਮੇਰਾ ਚੈਲੰਜ। ਮੈਂ ਉਹ 1 ਮਿੰਟ 6 ਸੈਕਿੰਡ ਚ ਬਣਾਇਆ ਮੈਂ, ਤੇ ਹੁਣ ਮੇਰੀ ਵਾਰੀ ਆ। ਲਓ ਹੁਣ ਹੁਣ ਤੁਸੀਂ ਟਾਈਮਰ ਦਿਖਾਇਓ, ਸਟਾਰਟ ਕਰੇ ਬਾਅਦ। ਚਲੋ ਹੁਣ ਮੇਰੀ ਵਾਰੀ ਆ, ਸਟਾਰਟ ਕਰਦਾ। ਦੱਸਿਓ ਸਟਾਰਟ ਕਰੋ ਜੀ। 1 2 3 ਸਟਾਰਟ। ਕੱਪ ਠੀਕ ਨਹੀਂ ਹੈਗਾ, ਗਿਰ ਜਾ। ਇੱਕ ਮੌਕਾ ਤਾਂ ਮੈਨੂੰ ਵੀ ਮਿਲੂਗਾ ਨਾ। ਪਰ ਮੌਕੇ ਵਾਲਾ ਤਾਂ ਆਪਾਂ ਕੰਮ ਕਰਨਾ ਨਹੀਂ ਨਾ। ਓਏ ਸਿੱਧਾ ਹੋ, ਮੈਨੂੰ ਸਾਰਾ ਨੀਂਦ ਆ ਰਹੀ ਹੈ। ਠੀਕ ਆ, ਰੀਸੈਟ ਕਰ ਦਿਓ। ਠੀਕ ਹੈ, ਕਿੱਥੋਂ ਲੀਪ ਤੋਂ ਸਟਾਪ ਸਟਾਪ ਕਰ ਦੋ, ਬਸ ਰੀਸੈਟ ਕਰ ਦੋ। ਤੇ ਬਾਬੇ ਇੱਕ ਚੱਲ, ਇੱਕ ਮੌਕਾ ਮੈਂ, ਮੇਰਾ ਵੀ ਗਿਆ। ਏਦਾਂ ਬਣਾਦਾ ਹੁਣ ਲਾਸਟ? ਨਹੀਂ ਜੀ, ਕਰੋ ਸਟਾਰਟ। ਰੁਕੋ, 1 ਐਵੇਂ 2 ਕੱਪ ਨਹੀਂ, ਇੱਧਰ ਕਰੋ ਸਾਈਡ 'ਚ। 1 2 3 ਸਟਾਰਟ। ਕਿੰਨਾ ਟਾਈਮਿੰਗ ਹੋਇਆ, ਟਾਈਮਿੰਗ ਵੀ ਦੱਸੀ ਜਾਏ ਨਾਲ ਨਾਲ। ਟਾਈਮ ਕੋਈ ਨਾ, ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ। 30 ਸੈਕਿੰਡ ਹੋਣ ਵਾਲੇ ਨੇ ਤੁਹਾਡੇ। ਜਿੱਤੂ ਆ ਦੇਖੀਓ ਤਾਂ ਕੱਢਦਾ ਰਹੇ ਮੇਰਾ ਟਾਈਮ। ਕਿਉਂ ਟਾਈਮ ਕਿਉਂ ਮੇਰਾ ਟਾਈਮ ਪਿਆ ਨਾ ਹਲੇ। ਫਿਰ ਤੁਸੀਂ ਇਹ ਪਿਆ ਨਹੀਂ ਨਾ, ਇਹ ਤਾਂ ਚੀਟਿੰਗ ਹੈ ਬਸ। ਹਾਰ ਗਏ ਤੁਸੀਂ, ਹਾਰ ਗਏ ਚੈਲੰਜ, ਹਾਰ ਗਏ। ਮੈਂ ਜਿੱਤ ਗਈ 1 ਮਿੰਟ, ਤੁਸੀਂ ਸੈਕਿੰਡ ਮੌਕਾ ਵੀ ਹਾਰ ਗਏ। ਹਾਰ ਗਿਆ ਮੰਮੀ ਉਹ ਤੇ ਚੈਲੰਜ, ਮੈਂ ਹਾਰ ਗਿਆ, ਮੈਂ ਜਿੱਤ ਗਈ। ਤੇ ਬਾਕੀ ਮੈਂ ਜਿੱਤ ਗਈ ਚੈਲੰਜ, ਇਹ ਗਏ ਹਾਰ। ਤੇ ਇਹਨਾਂ ਦੀ ਪਨਿਸ਼ਮੈਂਟ ਇਹਨਾਂ ਨੂੰ ਮਿਲਣੀ ਆ ਅੱਜ, ਇਹ ਮੈਨੂੰ ਦਿਖਾ ਕੇ ਲਿਆਉਣਗੇ ਮੂਵੀ। ਹੈ ਮੂਵੀ ਨਹੀਂ, ਮੈਂ ਜਿੱਤ ਗਈ ਚੈਲੰਜ, ਇਸ ਕਰਕੇ ਮੈਂ ਅੱਜ ਦੇਖ ਕੇ ਆਉਂਗੀ, ਇਹ ਮੈਨੂੰ ਦਿਖਾ ਕੇ ਲਿਆਉਣਗੇ ਮੂਵੀ। ਤੇ ਇਹ ਹਾਰ ਗਏ, ਹਾਰਨ ਦੀ ਪਨਿਸ਼ਮੈਂਟ ਇਹਨਾਂ ਨੂੰ ਇਹੀ ਹੈ ਕਿ ਮੂਵੀ ਦਿਖਾ ਕੇ ਲਿਆਉਣਗੇ। ਮੈਂ ਜਿੱਤ ਗਈ ਤੇ ਤੁਸੀਂ ਇੱਥੇ, ਆਪਾਂ ਕਰਦੇ ਆ ਵੀਡੀਓ ਨੂੰ ਐਂਡ। ਬਾਏ ਬਾਏ, ਟੇਕ ਕੇਅਰ, ਮਿਲਦੇ ਆ ਕਿਸੇ ਨੈਕਸਟ ਵੀਡੀਓ 'ਚ। ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਦਿਓ, ਕਮੈਂਟ ਕਰ ਦਿਓ ਤੁਸੀਂ ਵੀਡੀਓ ਕਿੱਦਾਂ ਲੱਗੀ। ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ, ਮਿਲਦੇ ਆ ਕਿਸੇ ਨੈਕਸਟ ਵੀਡੀਓ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਬਾਏ ਬਾਏ।